ਉਸ ਤੋਂ ਮੈਂ ਪੁੱਛਿਆ ਤੇ ਮੈਂ ਕਿਹਾ ਕਾਲਾ ਆਉਂਦਾ ਏ ਜਾਣੇ ਬਾਬਾ ਤੂੰ ਜਾਣਨਾ ਸਾਰਿਆਂ ਨੂੰ ਮੈਂ ਕਿਹਾ ਕਾਲਾ ਮਰ ਗਿਆ ਤੇ ਜੀਵਣ ਜਿੰਦਾ ਏ ਜਿਹੜੇ ਜਿਹੜੇ ਸਾਰੇ ਹਨ ਮੈਂ ਕਿਹਾ ਦਿਆਲ ਦੇ ਪੋਤਰਾ ਹਨ ਕਸ਼ਮੀਰੀ ਤੇ ਫਲਾਣਾ ਉਸ ਆਖਿਆ ਉਹ ਜਿੰਦੇ ਜਾਗਦੇ ਨੇ ਖੈਰੇ ਮੇਰੇ ਮੈਂ ਪੁੱਛਿਆ ਉਦੋਂ ਇਹਨਾਂ ਦੀ ਕਰਿਆ ਦਾ ਪਿਆ ਦੁਕਾਨਦਾਰ ਹੋਏ ਨਾ ਚੋਰ ਹਾਂ ਬੋਲੋ 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 ਉਹ ਰਾਮ ਲਾਲ ਆਏ ਨਾ ਤੇ ਸਾਡੀ ਦਾਦੀ ਆਈ ਮਥਾ ਨਸੈਂਦੀ ਆਈ ਉਹ ਰੰਡੇ ਨਾ ਹੋ ਗਈ ਉਹਦੇ ਅੱਠ ਬਾਲ ਆਣ ਤੇ ਉਹ ਗੁੜ ਜਾ ਮੰਗਿਓ ਗੁੜ ਰੁਪਈਏ ਦਾ ਦੇ ਜੇ ਉਹਦੀ ਮੈਂ ਭੈਣਾਂ ਬਾਜੀ ਅੱਠਾਂ ਦਾ ਗੁੜ ਦੇ ਉਸ ਲੂਣ ਤੋਂ ਲਾਣ ਲੂਣ ਆ ਕੇ ਉਹਦੇ ਝੋਲੀ ਗਦੇ ਚਾਹ ਭਰ ਕੇ ਨਾ ਲੂਣ ਆ ਦਿੱਤ ਉਸ ਆਖਿਆ ਮਲਕ ਰਾਮ ਲਾਲ ਬੈਣ ਸਦੇ ਨਾ ਤੇ ਬਖੇੜੇ ਕਰੇ ਨਾ ਉਸ ਆਖਿਆ ਬੈਣ ਬਖੇੜੇ ਨਹੀਂ ਕਰ ਨਿੱਕੇ ਨਿੱਕੇ ਤੇਰੇ ਬਾਲ ਹੈ ਇਹ ਖਾ ਪੈਸੇ ਨੇ ਇਹ ਲੂਣ ਨਾਲ ਤੇਰੇ ਛੇ ਮਹੀਨੇ ਬੱਚਿਆਂ ਦੇ ਪੱਠਾ ਪੈਸਾ ਛੇ ਮਹੀਨੇ ਸਾਲ ਟਾ ਪੈਸੇ ਉਹਨਾਂ ਦੀਆਂ ਇਹ ਗੱਲਾਂ ਨੇ ਇਹ ਤਾਂ ਜਿਹੜਾ ਇਹ ਤੈਨੂੰ ਦੱਸਿਆ ਬਈ ਤ੍ਰਿਆਂ ਦੀ ਸ਼ਾਇਬੇ ਤੇ ਸੱਠ ਚੱਕ
हिंदू होंदे आ लोटियां पईयां तू केड़ा काम वड्डा सारा मैनूं पता लोटियां दा अच्छा ਇਹ ਦੱਸੋ ਵੀ ਉਸਲੇ ਇਸ ਚੱਕ ਦਾ ਨੰਬਰਦਾਰ ਕੌਣ ਆ ਨੰਬਰਦਾਰ ਮਾਛੇ ਮਾਮਾ ਹੁੰਦਾ ਨੰਬਰਦਾਰ ਗੁਰਸਿਆਲ ਅੱਛਾ ਇੱਕ ਕਸਰਾ ਆਈ ਮਾਛੇ ਮਾਮਾ ਹੁੰਦਾ ਹਾਂ ਉਹ ਇੱਕ ਕਸਰਾ ਉਹ ਵੇਸਿਆਲ ਆਈ ਉਹ ਕਸਰਾ ਆਈ ਅੱਛਾ ਤੇ ਉਸਲੇ ਇੱਥੇ ਜਿਹੜੇ ਹਿੰਦੂ ਹਨ ਹਾਂ ਹਿੰਦੂ ਉਹਨਾਂ ਦੇ ਚੌਕੇ ਘਰ ਹਨ ਅੱਧਾ ਚੱਕ ਉਹਨਾਂ ਦਾ ਹਿੰਦੂਆਂ ਦਾ ਕੀ ਕੰਮ ਕਰਦੇ ਆ ਦੁਕਾਨਾਂ ਤੇ ਬੋਏ ਬੰਬੜੀਆਂ ਨੇ ਅੱਛਾ ਉਸਲੇ ਜਿਨ੍ਹਾਂ ਦੀਆਂ ਬੋਇਆਂ ਹਨ ਹਾਂ ਇਹ ਸਾਰੇ ਮੁਹਾਜਰ ਉਹਨਾਂ ਬੋਈ ਤੇ ਆਏ ਠੀਕ ਉਹ ਗੱਲ ਸਮਝ ਗਏ ਉਹ ਮੈਨੂੰ ਪਤਾ ਉਸ ਗੱਲ ਦਾ ਆ ਪੱਥਰਾ ਉਹ ਤੁਸੀਂ ਉਹਦੇ ਮੂੰਹ ਕਰਕੇ ਗੱਲ ਕਰਿਆ ਅੱਜ ਅੱਛਾ ਉਹ ਜਿਹੜੇ ਉਸਲੇ ਵੱਡੇ ਵੱਡੇ ਹਨ ਜ਼ਿੰਮੇਦਾਰ ਹਿੰਦੂ ਜਿਹੜੇ ਹਨ ਉਹਨਾਂ ਦੇ ਕੋਈ ਨਾਂ ਯਾਦ ਹੀ ਨੇ ਹਾਂ ਯਾਦ ਹੈ ਨਾ ਦੱਸੋ ਭਲਾ ਸਾਰਿਆਂ ਤੋਂ ਵੱਡਾ ਰਾਮ ਲਾਲ ਆ ਅੱਛਾ ਤੇ ਮੋੜੋ ਦੀ ਔਲਾਦ ਆ ਹਿੰਦੂ ਚੰਨ ਹੋਣ ਦੇ ਆਣ ਸ਼ੰਬਾ ਸਖੀਰਾ ਅੱਛਾ ਉਹਨਾਂ ਦੀ ਔਲਾਦ ਦੇ ਨਾਂ ਆਏ ਵੱਡੇ ਦੇ ਨਾਂ ਸ਼ੰਬੇ ਦੇ ਨਾਂ ਆਏ ਉਹ ਦੁਆ ਚੋਨੀ ਛੋਟੇ ਦੇ ਨਾਂ ਆਏ ਕਸ਼ਮੀਰੀ ਪਸ਼ੂ ਛੋਟੇ ਦੇ ਨਾਂ ਕਸ਼ਮੀਰੀ ਅਤੇ ਛੋਟੇ ਦੇ ਨਾਂ ਛੱਡ ਚਾਰ ਪੋਤਰਾ ਨੂੰ ਉਹਦੇ ਜਿੱਥੇ ਤਾਲਮ ਉਹਦੇ ਸਾਹਮਣੇ ਉਹਦੇ ਬਹੁਤੇ ਗੱਲ ਕਰਨੀ ਵੇਖ ਕੇ ਤੂੰ ਉਹਦੇ ਵੇਖਣਾ ਮੇਰੇ ਵੱਲ ਨਹੀਂ ਵੇਖਣਾ ਗੱਲ ਮੇਰੇ ਕੋਲ ਸੁਣਨੀ ਹੈ ਜਵਾਬ ਉਹਦੇ ਦੇਵਣੇ ਠੀਕ ਹੈ ਨਾ ਅੱਛਾ ਇਹ ਦੱਸੋ ਕਿ ਬਈ ਛੋਟੇ ਹੁੰਦੇ ਤੁਸੀਂ ਖੇਡਾਂ ਕਿਹੜੀਆਂ ਖੇਡਦੇ ਹੁੰਦੇ ਆ ਹਾਂਜੀ ਜਦੋਂ ਛੋਟੇ ਹੁੰਦੇ ਆ ਤੁਸੀਂ ਬਾਲ ਹੁੰਦੇ ਆ ਤੇ ਖੇਡਾਂ ਤੁਹਾਡੇ ਜ਼ਮਾਨੇ 'ਚ ਬਾਲ ਕਿਹੜੀਆਂ ਖੇਡਾਂ ਖੇਡਦੇ ਹੁੰਦੇ ਆ ਖੇਡਾਂ ਖੇਡਦੇ ਆ ਹਾਂ ਕਿਹੜੀਆਂ ਸਿਰੇ ਖੁਦ ਡੰਡਾ ਅੱਛਾ ਹੋਰ ਹੋਰ ਗੀਟੀ ਹੋਰ ਕਿਹੜੀ ਹੋਵੇ ਆ ਇਹ ਖੁਦੂ ਆਉਣਾ ਜਾਂ ਗੀਟੀ ਆਉਣੀ ਪਲਾਣ ਚੱਕ ਕੇ ਭਜਣ ਅੱਧੇ ਦੋ ਮਣੇ ਅੱਧੇ ਅੱਛਾ ਉਸ ਲਈ ਜੇ ਇੱਥੇ ਹਿੰਦੂ ਦੁਕਾਨਾਂ ਕਰਦੇ ਹਨ ਉਹਨਾਂ ਦਾ ਨਾਂ ਯਾਦ ਹੈ ਦੁਕਾਨਦਾਰਾਂ ਦਾ ਜਿਹੜੇ ਦੁਕਾਨ ਹੱਟੀਆਂ ਕਰਦੇ ਆ ਹਾਂ ਵੱਡੀਆਂ ਦੁਕਾਨਾਂ ਹਨ ਇੱਥੇ ਆਏ ਰਾਮ ਲਾਲ ਆਏ ਖੰਨਾ ਅੱਛਾ ਅਤੇ ਸ਼ੰਬਾ ਆਈ ਜਿੱਥੇ ਤਾਲੇ ਬੈਠਾ ਉਹਨੂੰ ਜਿੱਥੇ ਡਾਕਟਰ ਬੈਠਾ ਹੈ ਸਖੀਰਾ ਆਈ ਅੱਛਾ ਇੱਥੇ ਜਿੱਥੇ ਬੈਠਾ ਆ ਸਤਾਰੇ ਮਿਲਾਪ ਆਏ ਇੱਥੇ ਅੱਛਾ ਇੱਥੇ ਸਿੱਖ ਵੀ ਰਹਿੰਦੇ ਹਨ ਹਾਂ ਸਿੱਖ ਵੀ ਹਨ ਨਾ ਸਿਰ ਹਿੰਦੂ ਹਨ ਸੇਕੋ ਚੱਕ ਅੱਛਾ ਸੇਕੋ ਚੱਕ ਅੱਛਾ ਉਸਲੇ ਇਸ ਚੱਕ ਦੇ ਕਿਤਨੇ ਘਰ ਹੋਸਣੇ ਉਸਲੇ ਆਬਾਦੀ ਚੌਕੀ ਆ ਅੱਧੇ ਆਈ ਨਹੀਂ ਘਰ ਚੌਕੇ ਉਸ ਮਤਲਬ ਚੱਕੇ ਚ ਅੱਧਾ ਬਾਅਦ ਆਈ ਮਸੀਦ ਤੋਂ ਪਰੋ ਬਾਜ਼ਾਰ ਹੈ ਇਹ ਪਹਿਲਾ ਹੁਣ ਆਬਾਦ ਹੋਇਆ ਠੀਕ ਹੈ ਇਹ ਸਾਰਾ ਗੈਰ ਆਬਾਦ ਹੈ ਅੱਧਾ ਇੰਜ ਆਬਾਦ ਹੈ ਅੱਧਾ ਖਾਲੀ ਆ ਅੱਛਾ ਇਹ ਦੱਸੋ ਕਿ ਬਈ ਉਸ ਲਈ ਇੱਥੇ ਮੰਦਰ ਵੀ ਹਾਂ ਹਿੰਦੂਆਂ ਦਾ ਜਿੱਥੇ ਉਹ ਆਪਣੀ ਜਾ ਕੇ ਇਬਾਦਤ ਕਰਦੇ ਆ ਹਾਂ ਹਾਂ ਕਿੱਥੇ ਕਰਕੇ ਤਾਲੇ ਦੀ ਦੁਕਾਨ ਦੇ ਪਰੋਂ ਅੱਛਾ ਜਿੱਥੇ ਸਫਸਰ ਦਾ ਘਰ ਹੈ
ਅੱਛਾ ਹੁਣ ਵੀ ਉਹ ਖਲੋਤਾ ਕੇ ਖਤਮ ਹੋ ਗਿਆ ਉਹ ਖਤਮ ਹੋ ਗਿਆ ਉਹਨਾਂ ਨਿਲਾਮ ਕਰਕੇ ਲਾ ਲਿਆ ਮਕਾਨ ਘਰ ਤੇ ਅੱਛਾ ਨਿਲਾਮ ਕਰ ਅੱਛਾ ਤੁਸੀਂ ਦੱਸਦੇ ਪਏ ਛੋਟੇ ਹੁੰਦੇ ਖਿੱਦੂ ਖੇਡ ਲਿਆ ਗੀਟੀ ਖੇਡ ਲਈ ਤੇ ਇਸ ਤੋਂ ਇਲਾਵਾ ਲੁਕਣ ਮਿੱਟੀ ਵੀ ਖੇਡਦੇ ਆ ਰਾਤੀ ਲੁਕਣ ਮਿੱਟੀ ਹਾਂ ਲੋਕ ਛੁਪਾਈ ਵੀ ਖੇਡਦੇ ਆ ਰਾਤੀ ਹਾਂ ਇਹ ਲੋਕ ਤੇ ਲੇ ਕੇ ਮਾਰਨੇ ਮੈਂ ਆਉਣਾ ਤੇ ਉੱਥੇ ਕੱਦਾਂ ਦੇ ਤੇ ਮੋੜ ਮੈਂ ਇਹ ਖੇਡ ਅੱਛਾ ਇਹਦਾ ਸਮਝੀ ਇਸਲੇ ਮੀਂਹ ਨਾ ਆਈ ਅੰਦਾ ਹਾਂ ਆ ਧਿਆਨ ਕੇ ਵੀ ਕਿਸੇ ਛੂਹਰ ਦਾ ਮੂੰਹ ਕਾਲਾ ਕਰਕੇ ਤੇ ਉਹਨੂੰ ਗਲੀਆਂ ਦੇ ਪਿਨਾਈਂਦਿਆਂ ਨਾ ਆਟਾ ਸ਼ਾਟਾ ਮੁਣੋ ਮੋਣੀ ਪਿੰਦੇ ਹੁਣੀ ਹੁੰਦਾ ਹੁਣੀ ਕਰੇਂਦੇ ਨੇ ਕੰਮ ਹਾਂ ਮੀਂਹ ਨਾ ਆਵੇ ਤਾਂ ਮੋ ਪਿੰਦੇ ਵਧੇ ਹੁੰਦੇ ਨੇ ਛੂਹਰ ਅੱਛਾ ਉਹ ਡੋਈ ਡੋਈ ਦਾ ਮੁਕਾਲਾ ਡੋਈ ਆਟਾ ਮੰਗਦੀ ਹਾਂ ਆਟਾ ਮੰਗਦੇ ਹੁਣ ਆਟਾ ਇਕੱਠਾ ਕਰਕੇ ਪਕਾਈਂਦੇ ਹੋ ਨਾ ਪੈਸੇ ਪੁਸੇ ਦਿੱਤੇ ਦਾਣੇ ਹੱਟੇ ਤੇ ਵੇਚਿਆ ਤੇ ਖਾ ਗਾ ਬਸ ਹੁਣ ਮੀਂਹ ਆ ਵੈਂਦਾ ਹਾਂ ਮੀਂਹ ਆ ਗਿਆ ਨਾ ਆਇਆ ਤਾਂ ਹੁਣ ਆਉਂਦਾ ਤਾਂ ਆਪਣਾ ਕੰਮ ਸਰ ਗਿਆ ਹਾਂ ਅੱਛਾ ਇਹ ਦੱਸ ਬਈ ਤੁਸੀਂ ਸਕੂਲ ਗਏ ਆ ਹਾਂਜੀ ਸਕੂਲ ਗਏ ਹੋ ਗਏ ਹਨ ਕਹਿੰਦੇ ਤਰੀ ਤਾਂ ਮੁੰਡੇ ਪਿਓ ਮਰ ਗਿਆ ਇਹਦੇ ਬਸ ਮੋੜ ਪਤਾ ਹੀ ਕੋਈ ਨਹੀਂ ਅੱਛਾ ਤੇ ਆਪਣੇ ਉਸਤਾਦਾਂ ਦੇ ਨਾਂ ਯਾਦ ਹੀ ਨਹੀਂ ਨਹੀਂ ਉਸਤਾਦਾਂ ਦੇ ਨਹੀਂ ਨਾ ਦੋ ਬੰਦਿਆਂ ਦੇ ਹਿੰਦੇ ਇੱਕ ਜੀਵਨ ਦਾਸ ਹੁੰਦਾ ਸੀ ਚੱਕ ਦਾ ਖੰਨਾ ਅੱਛਾ ਅਤੇ ਇਹ ਖਰਨਾਮ ਦਾਸ ਹੁੰਦਾ ਸੀ ਪੰਜਾਸੀ ਦਾ ਮੁਸਲਮਾਨਾਂ ਦਾ ਕੋਈ ਪਤਾ ਨਹੀਂ ਮੈਨੂੰ ਅਤੇ ਜਿਹੜੇ ਨਾਲ ਜਮਾਤੀ ਤੁਹਾਡੇ ਹਾਨ ਪੜ੍ਹਦੇ ਹਿੰਦੂ ਜਿਹੜੇ ਜਮਾਤੀ ਤੁਹਾਡੇ ਨਾਲ ਪੜ੍ਹਦੇ ਹਨ ਉਹਨਾਂ ਦੇ ਕਿਸੇ ਦਾ ਨਾਂ ਯਾਦ ਹੈ ਨਹੀਂ ਉਹ ਜੇ ਛੋਹਰ ਹਨ ਮੈਨੂੰ ਉਹਨਾਂ ਦਾ ਨਾਂ ਕਿਹੜਾ ਯਾਦ ਆਉਣਾ ਛੋਹਰ ਹੀ ਹਨ ਜਿਹੜੇ ਤੈਨੂੰ ਦੱਸਣਾ ਸੀ ਚੋਣੇ ਤੇ ਭਾਸ਼ੋ ਤੇ ਸ਼ਾਦੀ ਤੇ ਇਹੋ ਜਿਹੇ ਅੱਛਾ ਹੋਰ ਕਿਹੜੇ ਮੁੜ ਸੁਭਾ ਜਿਹੜੇ ਸਕੂਲ ਲੱਗਦਾ ਹਾਂ ਘੰਟੀ ਵੱਜਦੀ ਆ ਹਾਂ ਘੰਟੀ ਵੱਜਦੀ ਮੁੜ ਦੁਆ ਘੜੀ ਪੜ੍ਹਦੇ ਹੁੰਦੇ ਆ ਦੁਆ ਪੜ੍ਹਦੇ ਹਨ ਤੇ ਮੁੜ ਬਾਹਰ ਵਹਿੰਦੇ ਹਨ ਜਮਾਤਾਂ ਨਹੀਂ ਤੁਸੀਂ ਜਿਹੜੀ ਦੁਆ ਘੜੀ ਪੜ੍ਹਦੇ ਆ ਉਸ ਲਈ ਘੜੀ ਪੜ੍ਹੀ ਹੁੰਦਾ ਮੈਨੂੰ ਕੋਈ ਚੇਤਾ ਨਹੀਂ ਮੈਂ ਜਵਾਨਾ ਅੱਛਾ ਇਹ ਦੱਸੋ ਵੀ ਮੁੜ ਟਾਟਾਂ ਤੇ ਬੰਨਦੇ ਆ ਜਾਂ ਥੱਲੇ ਪਥੱਲਾ ਮਾਰ ਕੇ ਬੰਨਦੇ ਆ ਟਾਟ ਹੁੰਦੇ ਆ ਹੁੰਦੇ ਟਾਟ ਹਾਂ ਤੇ ਐਡੇ ਐਡੇ ਟਾਟ ਹੋਣੇ ਉਹਨਾਂ ਦੇ ਉੱਤੇ ਬੰਨਦੇ ਤੇ ਤਖਤੀਆਂ ਲਿਖਦੇ ਆ ਹਾਂ ਤਖਤੀਆਂ ਹਾਂ ਤਖਤੀ ਮੁੜ ਆਪਾਂ ਤੇ ਛੂਹਰ ਲੜਦੇ ਵੀ ਉਸੇ ਹਾਂਜੀ ਛੂਹਰ ਲੜਦੇ ਵੀ ਉਸੇ ਬਿਲਕੁਲ ਮੁੜ ਕੇ ਤਖਤੀਆਂ ਨਾਲ ਲੜਦੇ ਆ ਜਾਂ ਉਹਨੇ ਲੜਦੇ ਆ ਤਖਤੀਆਂ ਨਾਲ ਲੜਦੇ ਨੇ ਕਿ ਉਹਨੂੰ ਤੇ ਕੇਸ਼ਾ ਉਸਤਾਦ ਮੁੜ ਕੁਟੇਂਦੇ ਹੋ ਸਰ ਹਾਂ ਉਸਤਾਦ ਕੁਟੇਂਦੇ ਆ ਉਸਤਾਦ ਕੰਨ ਪਧਾ ਕੇ ਤੇ ਪਿੱਛੇ ਸੋਟੇ ਮਾਰ ਜਾਂਦੇ ਅੱਛਾ ਠੀਕ ਹੋ ਗਿਆ ਅੱਛਾ ਮੁੜ ਇਹ ਦੱਸੋ ਬਈ ਦੁਕਾਨ ਹੱਟੀਆਂ ਤੋਂ ਜਿਹੜੇ ਤੁਸੀਂ ਛੀਆਂ ਲੈਣ ਵੈਂਦੇ ਆ ਦੁਕਾਨ ਤੋਂ ਜਿਹੜੇ ਕੋਈ ਸ਼ਹਿ ਲੈਣ ਵੈਂਦੇ ਆ ਕੋਈ ਸੌਦਾ ਅਤੇ ਉਹ ਜਿਹੜਾ ਦੁਕਾਨ ਵਾਲਾ ਹੁੰਦਾ ਸੀ ਉਹ ਕੋਈ ਨਾਲ ਬਾਲ ਨੂੰ ਜਿਵੇਂ ਵਹਿੰਦੀ ਬਾਕੀ ਮੱਛੀ ਟਾਫੀ ਕੋਈ ਟਾਂਗਰੀ ਕੋਈ ਪਤਾਸਾ ਉਹ ਸੌਦੇ ਦੇ ਨਾਲ ਦੇ ਛੁੜਦਾ ਹਾਂ ਹੁਣ ਵੀ ਦਿੰਦੇ ਹੁਣ ਦੋਹਰਾ ਲਾਈਨ ਦਿੰਦੇ ਹੁਣ ਕੋਈ ਨਹੀਂ ਦਿੰਦੇ ਦੋਹਰਾ ਅੱਛਾ ਹੁਣ ਤਾਂ ਮੈਂ ਘਰ ਟੋਪ ਜਾਈ ਲਿਆਂਦੇ ਅਤੇ ਮੈਂ ਝੁਬੜ ਤੋਂ ਫੜਾ ਆਇਆ ਜੁਲਾਬ ਦੀ ਅੱਛਾ ਉਹਦੇ ਉੱਤੇ ਲਿਖਿਆ 73 ਰੁਪਈਏ ਅਤੇ 60 ਲਿਆ ਅੱਛਾ ਮੈਂ ਕਿਹਾ ਦੋਹਰਾ ਲੈਂਦੇ ਅੱਛਾ ਤਾਂ ਉਹ ਦਵਾਈਆਂ ਲਿਆਓਗੇ ਨਾ ਹਾਂ ਹਾਂ ਅੱਛਾ ਇਹ ਦੱਸੋ ਵੀ ਮੁੜ ਜੇ ਇਸਲੇ ਇੱਥੇ ਲੋਟੀਆਂ ਪਈਆਂ ਉਸ ਵੇਲੇ ਜਿਹੜੇ ਇੱਥੇ ਹਿੰਦੂ ਰਹਿੰਦੇ ਹਾਂ ਉਹ ਅਮਨ ਦੇ ਨਾਲ ਇੱਥੋਂ ਵਗ ਗਏ ਹਨ ਜਾਂ ਉਹਨਾਂ ਨੂੰ ਕੋਈ ਮਾਰਨ ਕਾਨ ਲੁੱਟਣ ਕਾਨ ਕੋਈ ਬਾਹਰੋਂ ਆਇਆ ਬਾਹਰੋਂ ਬਹੁ ਮੋਏ ਚਾਇਆਲੇ 'ਚ ਲੋਟੀ ਪਈ ਆਈ ਉਦੋਂ ਗੱਲ ਕਰ ਅੱਛਾ ਚਾਇਆਲੇ 'ਚ ਲੋਟੀ ਪਈ ਆਈ ਆ ਇੱਥੇ ਅਸੀਂ ਡੋਰ 'ਚ ਰਹਿੰਦੇ ਅਸੀਂ ਨਾਰ ਨਾਲ ਪਰ ਅਤੇ ਉਦੋਂ ਹੱਟਿਆਂ 'ਤੇ ਲੋਟੀ ਪਈ ਹੋਈ ਆਈ ਅਤੇ ਇੱਥੋਂ ਸਾਡੇ ਚੱਕੇ 'ਚੋਂ ਕੋਈ ਬੰਦਾ ਨਾ ਆਈ ਮਾਰਿਆ ਅੱਛਾ ਉਹ ਅੱਜ ਟਾਈਮ ਖੂਹ ਭਰਿਆ ਨੇ ਕਿਰਾੜਾਂ ਦੇ ਵੱਢ ਵੱਢ ਕੇ ਕਿੱਥੇ ਕਮਾਲੀਏ ਦੇ ਕਾਇਮ ਦੇ ਬੜੇ ਜ਼ੁਲਮ ਆਉਂਦੇ ਨੇ ਇੱਥੇ ਸਾਡੇ ਚੱਕੇ 'ਚ ਕੋਈ ਬੰਦਾ ਨਾ ਹਿਮ ਹੋਇਆ ਇੱਕ ਹੀ ਤੂੰ ਪਨਾਹ ਦੇ ਲਈ ਦੂਏ ਦੇ ਲਈ ਲੁੱਟ ਕੇ ਵੱਗ ਗਏ ਮੁਸਲਮਾਨ ਹੋ ਗਏ ਮੁੜ ਗਾਈ ਕੁੱਠੀਆਂ ਗਈਆਂ ਅੱਛਾ ਉਹ ਉਹਨਾਂ ਹਿੰਦੂਆਂ ਨੂੰ ਖਮਈਆਂ ਨੇ ਗਾਈ ਦਾ ਉਹ ਪਰਹੇਜ਼ ਕਰਦੇ ਹਾਂ ਗਾਈ ਨੂੰ ਆਦਿਆਂ ਨਾ ਗਊ ਮਾਤਾ ਨਹੀਂ ਖਾ ਅਤੇ ਉਹ ਉਹਨਾਂ ਨੂੰ ਮੁੜ ਖਵਾਇਆ ਉਹਨੇ ਮੁੜ ਮਿਲਟਰੀ ਆਈ ਅਤੇ ਲੈ ਗਈ ਸਾਰਿਆਂ ਨੂੰ ਖੈਰੀ ਅਮਾਂ ਨਾਲ ਕੋਈ ਬੰਦਾ ਹੀ ਲੈ ਅੱਛਾ ਇੱਥੋਂ ਚੱਕ ਕੇ ਚੁੱਕੋ
ਮੋੜ ਜਲੇ ਤੁਹਾਡੇ ਬੇਲੀ ਜਿਹੜੇ ਨਾਂ ਦੇ ਨਾਲ ਤੁਸੀਂ ਪੜਦੇ ਰਹੇ ਹੋ ਮੋੜੋ ਜਲੇ ਤੋਂ ਮੰਝਣ ਲੱਗੇ ਤੁਸੀਂ ਇਹ ਉਹਨਾਂ ਨੂੰ ਨਾ ਆਖਿਆ ਕਿ ਯਾਰ ਰਹਿ ਪਵੋ ਕਿਹਦੇ ਵੰਦੇ ਹਾਂ ਰਹਿ ਪਾਓ ਹਾਂ ਮਗਰ ਉਹ ਡਾਂਗ ਵਾਲੇ ਆ ਰਹਿ ਪਾਓ ਕੌਣ ਡਾਂਗ ਵਾਲਿਆ ਪੁਲਾ ਥਾ ਇਹ ਸਰਕਾਰੀ ਇਹਦੇ ਅੱਛਾ ਉਹ ਨਾ ਕਿ ਇਹਨਾਂ ਨੂੰ ਲੈ ਜਾ ਉਹ ਛੋਦੇ ਮੁਥਾ ਜੋ ਬੈਠੇ ਹਨ ਉਹਨਾਂ ਨੂੰ ਤਾਂ ਜਿਹਦੇ ਕੋਈ ਆਖਿਆ ਜਾਮਣਾ ਹੀ ਜਾਮਣਾ ਇਹਨਾਂ ਅੱਛਾ ਠੀਕ ਠੀਕ ਇੱਥੋਂ ਮੋੜੋ ਗੱਡੀਆਂ ਟਰੱਕਾਂ 'ਤੇ ਲੈ ਗਈ ਪੁਲਿਸ ਹਾਂ ਵਰੀਆਂ ਮਾਲ ਤਾਂ ਤਾਂ ਟੁਰਦੇ ਗਏ ਅਤੇ ਅੱਗਾਂ ਪਤਾ ਨਹੀਂ ਕਿਹਦੇ ਗਏ ਅੱਛਾ ਵਰੀਆਂ ਮਾਲ 'ਤੇ ਟੁਰਦੇ ਗਏ ਠੀਕ ਹੋ ਗਿਆ ਅੱਛਾ ਇੱਥੋਂ ਕੋਈ ਇੱਥੇ ਕੋਈ ਕਿਰਾੜ ਜਾਂ ਹਿੰਦੂ ਉਹ ਵੀ ਰਹਿੰਦੇ ਹਨ ਜਿਹੜੇ ਸ਼ੋਰਕੋਟ ਸ਼ਹਿਰ ਦੇ ਹੋਵੇ ਸ਼ੋਰਕੋਟ ਸ਼ਹਿਰ ਦੇ ਹਾਂ ਇੱਥੇ ਤਾਂ ਕਈ ਨਾ ਨਹੀਂ ਬਈ ਇੱਥੇ ਦੁਕਾਨ ਕਰਿੰਦੇ ਹੋਣ ਜਾਂ ਜ਼ਮੀਨਦਾਰੀ ਹੋਵੇ ਕੋਈ ਉਹਨਾਂ ਦੀ ਕਿਸੇ ਦੀ ਇੱਥੇ ਜਿਹੜੇ ਆਉਣ ਨਾ ਅੱਧਾ ਚੱਕ ਸਿਆਲਾਂ ਦਾ ਏ ਅੱਧਾ ਖਾਨਿਆਂ ਦਾ ਅੱਛਾ ਜਿਹੜੇ ਮੁਸਲਮਾਨ ਹਨ ਉਹ ਸਿਆਲਾਂ ਦਾ ਏ ਜਿਹੜੇ ਹਿੰਦੂਆਂ ਉਹ ਹੁਣ ਮਵਾਜੇ ਰਹੇ ਜਿਹੜੇ ਪੁੱਦੂ ਆਏ ਨੇ ਉਹਨਾਂ ਨੂੰ ਮਿਲ ਗਏ ਉਹਦੇ ਉੱਤੇ ਕਾਗਲਾਂ 'ਤੇ ਅੱਛਾ ਠੀਕ ਆ ਅੱਛਾ ਉਸ ਲਈ ਮੁੜ ਕੋਈ ਇਲਾਕੇ ਦੀ ਵੰਡ ਹੈ ਬਈ ਇਹਦੇ ਹਿੰਦੂ ਰਹਿੰਦੇ ਨੇ ਇਹਦੇ ਮੁਸਲਮਾਨ ਰਹਿੰਦੇ ਨਾ ਇਹ ਤਾਂ ਹੁਣ ਹੁਣ ਹੋਈ ਹੈ ਅੱਛਾ ਨਹੀਂ ਉਂਝ ਬਾਈ ਮਿਸਾਲ ਬਈ ਆਬਾਦੀ ਹਿੰਦੂਆਂ ਦੀ ਹੋ ਗਈ ਦੁਕਾਨਾਂ 'ਤੇ ਵਹਿੰਦੇ ਹਨ ਆਉਂਦੇ ਹਨ ਸਾਰੇ ਮੁਸਲਮਾਨ ਹਨ ਕਿ ਮੁਸਲਮਾਨਾਂ ਦੀ ਦੁਕਾਨ ਹੀ ਕਾਜ ਨਹੀਂ ਆਉਂਦੀ ਸਿਰਫ ਹਿੰਦੂਆਂ ਦੀ ਦੁਕਾਨਾਂ ਠੀਕ ਹੈ ਇੱਕ ਮਾਰ ਫੈਦ ਕੱਢੀ ਆਈ ਆ ਇੱਥੇ ਹੋਰ ਦੁਕਾਨ ਹੀ ਕਾਜ ਨਾ ਅੱਛਾ ਸਾਰੀਆਂ ਹਿੰਦੂਆਂ ਦੀਆਂ ਠੀਕ ਹੋ ਗਿਆ ਅੱਛਾ ਮੁੜੇ ਦੱਸੋ ਬਈ ਜਿਸ ਲਈ ਮੁੜ ਇੱਕ ਦੂਜੇ ਖੁਸ਼ੀ ਗਮੀ ਹੁੰਦੀ ਆ ਮੁੜ ਆਉਂਦੇ ਵਹਿੰਦੇ ਆ ਇੱਕ ਦੂਜੇ ਦੇ ਘਰ ਆਉਂਦੇ ਵਹਿੰਦੇ ਹਨ ਸਾਡੇ ਕੋਲ ਆਉਂਦੇ ਹਨ ਆਉਂਦੇ ਹਨ ਲਓ ਆਉਂਦੇ ਵਹਿੰਦੇ ਸਾਡਾ ਮਰ ਜਾਵੇ ਆ ਆਉਂਦੇ ਵਹਿੰਦੇ ਆ ਅੱਛਾ ਇਹ ਅੱਲਾ ਨੂੰ ਯਾਦ ਕਰਦੇ ਠੀਕ ਹੈ ਤੇ ਜੇ ਤੁਹਾਡੇ ਚੁੱਕ ਮਤਲਬ ਮਤਲਬ ਉਹਨਾਂ ਦਾ ਕੋਈ ਮਰਿਆ ਤਾਂ ਉਹਨਾਂ ਦਾ ਮਰਿਆ ਤਾਂ ਬਾਈ ਕੇ ਮਲਕ ਪਰਚਾ ਛੋੜਨਾ ਬਾ ਹੋਰ ਕੇ ਅੱਛਾ ਜ਼ਿਮੀਦਾਰ ਆ ਨਾ ਤੇ ਮੁੜ ਜੇ ਲਈ ਤੋਂ ਉਹਨਾਂ ਉਹ ਸਾੜਨ ਕਾਣ ਕਿਤੇ ਲੈ ਵੈਂਦੀ ਆ ਜਿਹੜੀ ਮਈਏ ਤੋਂ ਨਾਂਦੀ ਹੁੰਦੀ ਆ ਉਹ ਪਰਾਂ ਮੜੀਆਂ ਬਣੀਆਂ ਕਿਲਾ ਬਾਂਦਾ ਅੱਛਾ ਉਹਦੇ ਬਈ ਸੜੇ ਹੁੰਦੇ ਆਣ ਵਾ ਉਹ ਮੜੀਆਂ ਹੁਣ ਵੀ ਹਨ ਕਿ ਕਹੀ ਨਾ ਨਾ ਮੁੱਲ ਲੀਲਾਮ ਹੋ ਗਈਆਂ ਬਹੁਤ ਜੱਟ ਕੱਢਦੇ ਮੁੱਲ ਲੈ ਲੈ ਮੁੱਲ ਆ ਵੀ ਅੱਛਾ ਮੁੜ ਮੈਨੂੰ ਇਹ ਦੱਸੋ ਬਈ ਉਹ ਨਾਂਦੇ ਚੂਜੇ ਲਈ ਤੋਂ ਉੱਜੜ ਕੇ ਜਿਹੜੇ ਗਏ ਆਣ ਹਿੰਦੂ ਜਿਹੜੇ ਉੱਜੜ ਕੇ ਗਏ ਹਾਂ ਉਹ ਨਾਂਦੇ ਚੁੱਕੋ ਮੁੜ ਵਾਪਸ ਵੀ ਇੱਥੇ ਮਿਲਣ ਕਾਣ ਆਇਆ ਬੰਦਾ ਇੱਕ ਬੰਦਾ ਆਇਆ ਹਾਂ ਰਾਮ ਲਾਲ ਦਾ ਪੋਤਰ ਆਇਆ ਅੱਛਾ 18 ਸਾਲ ਆਉਂਦੇ ਪੈਣ ਕੇ ਦਾ ਉਹ ਆਇਆ ਸਾਰਾ ਬੰਦਾ ਆਇਆ ਇਦੋਂ ਦਰਖਾਣੇ ਬੋਇਆ ਨੇ ਉਹ ਵੇਖੀ ਮੁੜ ਵਰੀਆਮ ਵਾਲੇ ਆਇਆ ਮੁੜ ਵਰੀਆਮ ਵਾਲੇ 'ਚ ਵਿਹਲੀ ਆ ਉਹ ਇੱਥੇ ਲਿਆਂਦੇ ਮਫੈਦ ਮਾਰ ਮਫੈਦ ਕੋਲ ਬੈਠਾ ਰਿਹਾ ਮੁੜ ਆਪਣੇ ਮਕਾਨ ਵੇਖ ਕੇ ਮੁੜਾ ਦੁਕਾਨਾਂ ਆਪਣੀਆਂ ਵੇਖੀਆਂ ਵੇਖ ਕੇ ਜੇ ਥੱਲੇ ਆਦਾ ਹੀ ਮੈਂ 18 ਸਾਲ ਦਾ ਮਜ ਗਿਆ ਇੱਥੇ ਫਲਾਣੇ ਦਾ ਘਰ ਆਈ ਇੱਥੇ ਆਉਂਦਾ ਸੀ ਵੱਲੇ ਚੜੋ ਵਾ ਇੱਥੇ ਨੂਰ ਸਿਆਲ ਆਉਂਦਾ ਸੀ ਇੱਥੇ ਅਸਾਂ ਮੇਰਾ ਮਾਮਾ ਆਈ ਮੈਂ ਕਿਹਾ ਇੱਥੇ ਮਾਛੀਆ ਅਤੇ ਸਾਡੇ ਆਣ ਮਾਮਾ ਦੋਹਰਾ ਆਉਂਦੀ ਆਈ ਮੈਂ ਕਿਹਾ ਉਹ ਅੱਗੇ ਮਰ ਗਏ ਅਤੇ ਮਾਛੀਆ ਹੁਣ ਮਰ ਗਏ ਮਾਮਾ ਆਈ ਸਾਡਾ ਉਹ ਸਾਖੇ ਓਏ ਹੋਏ ਹੋਏ ਸਾਡਾ ਤਾਂ ਪਿਓ ਆਈ ਉਹ ਬੜਾ ਰੱਤਾ ਲਾਲ ਬੰਦਾ ਆਈ ਅਤੇ ਮੁੜ ਗਿਆ ਵਾ ਆਪਣੇ ਮੁਰਬੇ ਕਾਰ ਆ ਥੋਕੋ ਨਾਲ ਤੇਰੇ ਮੇਰੇ ਸੰਗਤੇ ਹੀ ਆਉਣ ਉੱਥੇ ਗਏ ਮੁੜ ਉੱਥੋਂ ਬਾਂਹ ਕੇ ਅਤੇ ਪਿਆਦਾ ਹੁਣ ਆੜਾ ਅਤੇ ਵਹੀਨਾ ਢੋਬੇ ਉੱਥੇ ਉਹ ਵੇਖਤਾ ਅਤੇ ਵੇਖ ਕੇ ਮੁੜ ਘਰ ਵਾ ਗੋਏ ਫੈਰ ਨੂੰ ਦੇ ਗਿਆ ਰੈਸਟ ਬਈ ਮੇਰੇ ਕੋਲ ਆਵੇਂ ਮੇਰੇ ਬੱਚੇ ਫਲਾਣੀ ਥਾਂ 'ਤੇ ਆਵੇਂ ਤੈਨੂੰ ਚਾਹ ਲਈ ਪੈਸੇ ਦੇਣੇ ਕੋਈ ਨਹੀਂ ਐਡੀ ਗਾ ਅਸੀਂ ਵਿੱਚ ਬੈਠਿਆ ਉਹ ਮਰ ਗਿਆ ਫੈਰ ਅੱਛਾ ਘਰ ਜਾਵਣਾ ਹਾਂ ਨਹੀਂ ਠੀਕ ਆ ਆਇਆ ਇੱਥੇ ਉਹ ਇੱਕ ਬੰਦਾ ਆਇਆ ਯਾ ਜੀ ਅਰੇ ਆਇਆ ਨਾ ਪਿੱਛੇ ਜਿਹੜਾ ਮਾਲ ਪੂਰੇ ਹੋਇਆ ਨੇ ਨਾ ਇਹ ਪੂਰੇ ਹੋਇਆ ਨੇ ਇੱਥੇ ਪੂਰੇ ਨੇ ਘਰਾਂ 'ਚ ਪੂਰੇ ਨੇ ਹਾਂ ਜਿਹਦੇ ਵੀ ਪੂਰੇ ਉਹ ਮਿਲਟਰੀ ਲਾ ਕੇ ਆਇਆ ਨਾ ਉਹ ਘਰ ਲੱਗਾ ਅੱਛਾ ਉਹ ਘਰ ਲੱਗਾ ਅੱਛਾ ਉਹਨਾਂ ਨੇ ਮੁੜ ਘਰ ਹਾਲੇ ਪੁਰਾਣੇ ਖਲੋਤੇ ਨਹੀਂ ਜਾਂ ਡਵੀ ਡੂ ਗਏ ਨਹੀਂ ਕਈ ਕਾਰੋਬਾਰ ਵੱਧ ਗਏ ਨਾ ਜਿਹੜੇ ਉਹਨਾਂ ਦੇ ਘਰ ਆ ਕੋਠੇ ਜਿਹੜੇ ਉਹਨਾਂ ਦੇ ਖਲੋਤੇ ਨੇ ਜਾਂ ਢਹਿ ਗਏ ਉਹ ਢਹਿ ਗਏ ਅਗਲੇ ਨਵੇਂ ਤੋਂ ਨਵੇਂ ਗੱਤ ਲੈਣ ਉਹ ਕੱਚੇ ਆਣ ਅਤੇ ਅਗਲੇ ਪੱਕੇ ਗੱਤ ਲੈ ਸਾਰੇ ਥਾਂ ਤਾਂ ਬੂਹੇ ਹੋਏ ਇਹਦੇ ਤੂੰ ਵੇਖੇ ਜਾ ਕੇ ਸਰ ਸ਼ਾਹ ਦੇ ਵਿੱਚ ਦੰਦਾ ਗਾਰਾਂ ਦੇ ਬੈਠਕਾਂ 'ਤੇ ਬਹਿ ਰਹੇ ਅਤੇ ਕੋਈ ਹਿਸਾਬ ਹੀ ਨਹੀਂ ਇਹਨਾਂ ਦਾ ਨਵੇਂ ਹੋ ਗਏ ਹੁਣ
ਕੱਚੇ ਉਹਨਾਂ ਦਾ ਕੱਚਾ ਕੋਈ ਨਹੀਂ ਖਾਲਾ, ਸਾਰੇ ਪੱਕੇ ਕੀਤੇ ਜਾਂਦੇ, ਤੂੰ ਆਪਣਿਆਂ ਤੂੰ ਆਪਣੇ ਪੱਕੇ ਕੀਤੇ ਜਾਂਦੇ, ਹੁਣ ਕੋਈ ਨਹੀਂ। ਉਹ ਵੇਲਾ ਚੰਗਾ ਜਾਂ ਇਹ ਵੇਲਾ? ਵੇਲਾ ਤਾਂ ਇਹਨਾਂ ਦਾ ਸੇ ਨਾ, ਉਹ ਚੰਗਾ ਉਹ ਚੰਗਾ ਉਹ ਚੰਗਾ ਕਿ ਬਈ ਵਜ੍ਹਾ ਕੀ ਆ? ਇਹ ਤਾਂ ਬਹੁ 420 ਵੇਲਾ, ਉਹ ਤਾਂ ਬੰਨਿਆ ਸਾਲ ਸਾਲ ਦੇ ਕਾਰੇ 'ਤੇ ਖੰਨੇ ਉਧਾਰ ਦਿੰਦਿਆਂ, ਸਾਲ ਸਾਲ ਦੇ ਕਾਰੇ 'ਤੇ ਜਦੋਂ ਆਉਣ ਵਿਆਹ 'ਚ ਲੈਂਦੇ ਹਾਂ, ਪਤਾ ਨਹੀਂ ਕਿਤਨੇ ਆਉਂਦੇ ਆ ਥੋੜ੍ਹੀ ਗਾਣੇ। ਅੱਛਾ, ਅਤੇ ਹੁਣ ਤਾਂ ਅੱਧਵਾ ਦੋਵੇਂ ਹੀ ਲੈਂਦੇ ਨੇ ਹੁਣ ਕਾਇਲ। ਅੱਛਾ, ਇਹ ਜਿਹੜੇ ਆਪਣੇ ਵੱਡੇ ਆਦੇ ਨੇ ਕਿ ਬਈ ਕੂੰਜਾਂ ਦੇ ਕੇ ਗਿਰਜੂ ਲਈਆਂ? ਹਾਂ, ਇਹ ਆਦੇ ਲਓ ਜੀ ਪਾਣੀ। ਉਹ ਕੀ ਗੱਲ ਆਦੇ? ਉਹ ਆਦੇ ਨੇ ਬਈ ਜਨਾ ਨੇ ਕੂੰਜਾਂ ਦੇ ਕੇ ਗਿਰਜੂ ਕਰੇ ਦੀ। ਹਾਂ, ਹੁਣ ਇਹ ਪਿੱਛਾ ਨਾ ਦਾਬਾਂ ਬਾਤ, ਹੁਣ ਇੱਥੇ ਆਦਾਦ ਹੈ ਉੱਤੇ ਗੈਰ ਆਬਾਦ ਆ ਨੇ, ਅਤੇ ਆਪ ਦੱਸੇ ਦੇਣ ਅਸੀਂ ਕਿਆਰੀਆਂ ਬਣਾਉਂਦੇ ਆ ਸੇਡੀ ਆਡੀਆਂ, ਅਤੇ ਡੋਰਾਂ ਦੀਆਂ ਘੁਣ ਆਉਂਦੀਆਂ ਨੇ ਜਿਹੜੇ ਤਾਲਬ ਦੇ ਵੱਡੇ ਆ, ਅਤੇ ਪਾਣੀ ਭਰ ਕੇ ਵਿੱਚ ਖੂਹ ਦੇ ਕੱਢਣਾ, ਅਤੇ ਮੁੜ ਅਗਲਿਆਂ ਕੱਢਣਾ ਅਤੇ ਗੱਢਣਾ ਉੱਥੋਂ, ਅਤੇ ਲਾਹੌਰ ਕੰਮ ਕਰਦੇ ਆ, ਰੋਟੀਆਂ ਪਕਾਉਣੀਆਂ ਦੁਕਾਨਾਂ 'ਤੇ, ਆਪ ਦੱਸੇ ਦੇ ਆ। ਅੱਛਾ, ਇਸ ਚਾਕੇ 'ਚ ਖੂਹ ਹਾ? ਖੂਹ ਕੋਈ ਨਾ, ਇੱਕ ਖੂਹ ਆਈ ਇੱਥੇ, ਉਹ ਵੀ ਇੰਝ ਮਾੜਾ ਮੋਟਾ ਬਹਾਉਂਦਾ ਸੀ ਕਦੀ ਕਸਰਾਵਾਂ ਦਾ ਸੀ ਲੰਬਰਦਾਰ ਦਾ, ਇੱਥੇ ਲਾਉਂਦੇ ਵਾਲੇ ਬਸ। ਹੋਰ ਇੱਕ ਖੂਹ ਇਹਦੇ ਹੁੰਦਾ ਸੀ ਪਿੱਛਾ, ਉਹ ਵੀ ਖਤਮ ਹੋ ਗਿਆ। ਇਹ ਦੋ ਖੂਹ ਹੁੰਦੇ ਆ, ਉਸ ਵੇਲੇ ਖੂਹ ਕੋਈ ਨਾ। ਅਤੇ ਪਾਣੀ ਵਾਲੇ ਤਲਾਂ? ਪਾਣੀ ਵਾਲੇ ਤਲਾਂ ਹਨ ਕਿਤਨੇ? ਇੱਕ ਪਰਤਾ ਜ਼ਿਮੀਦਾਰਾਂ ਦਾ ਹੈ, ਇਦੋਂ ਆਈਂ ਅਤੇ ਇਦੋਂ ਆਈਂ ਪਹਿਲਵਾਨ ਦਾ ਹੀ ਇੱਥੇ, ਮੁੜੋ ਲੰਬਰਾਂ ਬਾਦ ਕਰ ਲਿਆ ਅਤੇ ਉਹਨਾਂ ਮਲਾਈ ਲਿਆ, ਮੁੱਲ ਲਾਏ ਲਏ ਬਹੁਤ, ਮੁੜ ਭਰਾਂ ਹਿੰਦੂਆਂ ਖਟਾਇਆ ਕੱਸੀ ਦੇ ਨਾਲ ਜੱਟਾਂ ਤੋਂ ਖਰਚਾ ਬਣਾਉਂਦਾ, ਦਾਨ 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 ਤਾਂ ਗੱਡੀਆਂ ਤਾਂ ਆਉਂਦੀਆਂ ਗਏ ਨੇ, ਉਹਨਾਂ ਤਲਾਂ ਮਰਾਇਆ, ਮੁੜ ਉਹ ਵੀ ਹੁਣ ਪਾਕਿਸਤਾਨ ਬਣਿਆ ਤਾਂ ਸਾਰੇ ਮੱਲ ਲਈ ਬੋਏ ਅਗਲਿਆ, ਹੁਣ ਤਾਂ ਸਾਰਾ ਆਬਾਦ ਹੋਇਆ, ਹੁਣ ਇੱਕ ਤਲਾਂ ਇੱਥੇ ਪਿਆ, ਉਹ ਵੀ ਆਬਾਦ ਕੀਤੀ ਪੈਂਦੇ ਆ ਇੱਥੇ ਪਿਆ। ਹਾਂ, ਵੇਖਿਆ ਮੈਂ ਆਬਾਦ ਕੀਤੀ ਪੈਂਦੇ, ਅਨੁਵਾਦ ਆਏ ਮੇਰਾ ਹੈ ਉਹ ਮੇਰਾ, ਮਿੱਟੀਆਂ ਡੁੱਕੀਆਂ ਵੇਖ ਇਹਦੇ ਤੇਰਾ ਘਰ ਤੋਂ ਆਖਣਾ ਮੇਰਾ, ਪਹਿਲੇ ਆਖਣਾ ਮੇਰਾ, ਸਾਰਾ ਮੱਲ ਹੀ ਪੈਂਦਾ। ਠੀਕ ਹੈ, ਇੱਥੇ ਕੋਈ ਨਹੀਂ। ਅੱਛਾ, ਉਸ ਵੇਲੇ ਜਦੋਂ ਕੋਈ ਬੰਦਾ ਬਿਮਾਰ ਹੋਵੇ ਆ, ਹਾਂ, ਤਾਂ ਮੁੜ ਕਿਤੇ ਲੈ ਪੈਂਦੇ ਆ? ਬੰਗਲੇ। ਬੰਗਲਾ ਕਿੱਥੇ? ਆ ਬਰੀਆਮ ਵਾਲਾ। ਅੱਛਾ, ਹਸਪਤਾਲ ਆਏ ਨਾ ਵੱਡਾ ਬੰਗਲੇ, ਹੋਰ ਕੋਈ ਨਾ ਇੱਥੇ। ਅੱਛਾ, ਹਕੀਮ ਕੋਲ ਉੱਥੇ ਡਾਕਟਰ? ਉੱਥੇ ਹਾਂ ਹਾਂ, ਡਾਕਟਰ ਸਰਕਾਰੀ ਹਸਪਤਾਲ ਹੈ। ਕੀ ਨਾਂ ਹੈ ਡਾਕਟਰ ਦਾ ਉਸ ਵੇਲੇ? ਕੋਈ ਪਤਾ ਨਹੀਂ, ਡਾਕਟਰ ਆਣ ਉਸ ਵੇਲੇ ਹੁੰਦੇ ਆ ਨਾ, ਉਹਦੇ ਲੈ ਪੈਂਦੇ ਨੇ ਇੱਥੇ, ਤਾਂ ਹੁਣ ਤਾਂ ਤੂੰ ਵੀ ਸੋਈ ਲਾ ਲਈ, ਮੈਂ ਹੀ ਲਾ ਲਈ ਸਾਰੇ, ਇੱਥੇ ਸਾਰੇ ਡਾਕਟਰ ਹੈ, ਕਿਤਾਬਾਂ ਵੇਖੀਆਂ ਨੇ ਅਤੇ ਸਭ ਦੁਕਾਨਾਂ ਬਣਾਈ ਬੈਠੇ, ਹੁਣ ਤਾਂ ਕੋਈ ਨਹੀਂ। ਉਸ ਵੇਲੇ ਤਾਂ ਢੇਰ ਹਕੀਮ ਹੁੰਦੇ ਆ? ਹਾਂ, ਹਕੀਮ ਢੇਰ ਹੁੰਦੇ ਹਨ ਉਸ ਵੇਲੇ ਕਿ? ਹਕੀਮ ਥੋੜ੍ਹੇ ਹਨ। ਅੱਛਾ, ਹੁਣ ਤਾਂ ਸਾਰੇ ਹਕੀਮ। ਅੱਛਾ, ਹੋਰ ਕੋਈ ਉਸ ਵੇਲੇ ਦੀ ਜਿਵੇਂ ਗੱਲਬਾਤ ਸੁਣਾਓ ਪੁਰਾਣੇ ਵੇਲੇ ਦੀ? ਤੈਨੂੰ ਦੱਸਿਆ ਤੇ ਮਖੋ ਵੇਲਾ ਚੰਗਾ ਸੀ। ਠੀਕ, ਉਹ ਤਾਂ ਦੱਸੀ ਗਿਆ। ਅੱਛਾ, ਆਪਣੇ ਬੇਲੀਆਂ ਚੋਂ ਕਦੀ ਹੁਣ ਕੋਈ ਬੇਲੀ ਯਾਦ ਆਇਆ ਤੈਨੂੰ? ਕਿਹੜੇ ਉਦੋਂ ਦਾ? ਹਾਂ, ਜਿਹੜੇ ਕਿਰਾ ਹਿੰਦੂ ਇੱਥੇ ਤੁਹਾਡੇ ਨਾਲ ਖੇਡਦੇ ਹਨ? ਨਹੀਂ, ਯਾਦ ਆਉਂਦੇ ਤੇ ਹੁਣ ਸਾਨੂੰ ਤਾਂ ਯਾਦ ਆਉਣ ਤੇ ਮੈਂ ਪਤਾ ਯਾਦ ਕਰਦੇ ਹੋ ਸਨਕਨ ਉਹਨਾਂ, ਉਹ ਵੀ ਯਾਦ ਕਰਦੇ ਆ। ਤੁਸੀਂ ਹੱਥ ਲੈ ਕਰਕੇ ਗੱਲ ਕਰੋ ਤੇ ਮੁੜ ਗੱਲ ਰਿਕਾਰਡ ਕਰਾਉਣੀ ਤੁਹਾਨੂੰ, ਮੈਂ ਮੋਟੋ ਦੱਸੇ। ਅੱਛਾ, ਜਿਹੜਾ ਤੁਹਾਡਾ ਬੇਲੀ ਲੰਗੋਟੀ ਹੈ ਜਿਹਦੇ ਨਾਲ ਤੁਹਾਨੂੰ ਢੇਰ ਮੁਹੱਬਤ ਆਈ, ਯਾਦ ਆਉਂਦਾ, ਉਹਦਾ ਨਾਂ ਕੀ ਆ? ਨਾ, ਸਾਰੇ ਇੱਕੋ ਜਿਹੇ ਹਨ, ਸਾਰੇ ਹੀ ਮੁਹੱਬਤੀ ਹੁੰਦੇ ਹਨ, ਖੇਡਣ ਵਾਲੇ ਸਾਰੇ। ਕੀ ਨਾਂ ਆਏ ਉਹਦਾ? ਨਾ, ਇਹ ਕਸ਼ਮੀਰੀ ਆਈ, ਸ਼ਾਦੀ ਆਈ। ਤੇ ਇਹਨੇ ਸਮਝੋ ਬਈ ਕਸ਼ਮੀਰੀ ਤੇ ਸ਼ਾਦੀ ਜੀਂਦੇ ਬੈਠੇ, ਤੁਹਾਡੇ ਤਰ੍ਹਾਂ ਜੀਂਦੇ ਬੈਠੇ? ਜੀਂਦੇ ਬੈਠੇ, ਹਾਂ। ਉਹਨਾਂ ਦੇ ਵਾਸਤੇ ਸਲਾਮ ਗੱਲੇ ਨਹੀਂ ਤੇ ਹੁਣ ਗੱਲ ਆ, ਜੀਂਦੇ ਬੈਠੇ। ਹਾਂ,
ਗੱਲ ਨਹੀਂ ਸਲਾਮ ਤਾਂ ਉੱਥੇ ਗੱਲ ਆ ਮੁੜ ਵਾਗ ਵਿੱਚ ਸਲਾਮ ਮਾਂ ਸਲਾਮ ਦੇ ਦੇ ਨੈਣ ਮਾਂ ਮਾਂ ਅੱਲਾ ਦਿੱਤਾ ਅੱਲਾ ਦਿੱਤਾ ਬਈ ਦੁਆ ਸਲਾਮ ਦਿੰਦਾ ਪਿਆ ਕਸ਼ਮੀਰੀ ਭਾਈ ਹਾਂ ਅੱਛਾ ਹੋਰ ਕੋਈ ਗੱਲਬਾਤ ਬਸ ਅੱਲਾ ਇਹ ਅੱਛਾ ਮੋਜੀ ਮੈਂ ਛੋ ਲੜ ਪੰਦੇ ਆਣ ਉਸ ਲੈ ਮੋੜ ਵੱਡੇ ਵੀ ਲੜ ਪੰਦੇ ਆਣ ਆਪਸ ਵਿੱਚ ਬਾਲਾਂ ਦੀ ਲੜਾਈ ਤੇ ਹਾਂ ਤੇ ਲੜ ਤਾਂ ਪੰਦੇ ਬਲਵਾਉਂਦੇ ਤੇ ਗਾਲ ਕੱਢਿਆ ਵਾਂਦੇ ਹੋ ਨਹੀਂ ਜੇ ਲੈ ਉਸ ਲਈ ਤੁਹਾਡੇ ਵੱਡੇ ਵਸੇਬ ਦੇ ਉਸ ਲਈ ਲੋਕ ਰਹਿੰਦੇ ਅੱਧ ਗੇ ਧਿਆਨ ਦੇਣ ਕਿ ਮੀਆਂ ਵੱਡਿਆਂ ਦੀ ਲੜਾਈ ਛੋਟਿਆਂ ਦੀ ਲੜਾਈ 'ਚ ਵੱਡੇ ਕਈ ਨਾ ਨਮਦੇ ਲੜ ਪੰਦੇ ਆਣ ਅੱਛਾ ਇਹ ਮੁੜ ਹਿੰਦੂ ਜਿਹੜੇ ਹੁੰਦੇ ਇੱਥੇ ਢੇਰ ਜਿਹੜੇ ਰਹਿੰਦੇ ਹਨ ਜਿਹੜੇ ਹਿੰਦੂ ਇੱਥੇ ਢੇਰ ਰਹਿੰਦੇ ਹਨ ਤੁਹਾਨੂੰ ਗਾਂ ਸ਼ਾਂ ਕਰਨ ਦਿੰਦੇ ਹਨ ਨਹੀਂ ਕੋਈ ਨਾ ਕਰਦੇ ਰਾਖ ਸੋਦੇ ਤੇ ਕੋਈ ਨਾ ਕਰਦੇ ਜਿਹੜੇ ਉਹਨਾਂਦੇ ਆ ਤੇ ਜਿਹੜੇ ਤੂੰ ਮੈਂ ਦੋਵੇਂ ਲੋਕਾਂ ਨਾਲੋਂ ਕਰ ਲੈਂਦੇ ਹਨ ਗਾਂ ਨਾਨਕ ਗਾਂ ਨਾਨਕ ਕਰਨ ਹਾਂ ਹਾਂ ਅੱਛਾ ਹੋਰ ਛੋਟੇ ਜਿਵੇਂ ਜਾਨਵਰ ਹੋ ਗਿਆ ਬੱਕਰਾ ਸ਼ਕਰਾ ਉਹ ਸਾਡੇ ਕੋਲ ਹਲਾਲ ਕਰਕੇ ਖਾ ਲੈਂਦੇ ਹਨ ਮੇਰਾ ਸੌਰ ਆਉਂਦਾ ਹੀ ਖੁਦਾ ਭਾਈ ਤੇ ਉਸ ਕੋਲ ਕਰਾ ਕੇ ਤੇ ਖਾ ਲੈਂਦੇ ਅੱਛਾ ਹਲਾਲ ਵਸਤੂ ਕਰਾ ਲੈਣਾ ਖਾ ਲੈਣਾ ਮੁੜ ਤੁਸੀਂ ਜਦੋਂ ਤੁਹਾਡੇ ਕੋਲ ਹਲਾਲ ਗੋਸ਼ਤ ਲੈ ਪੈਂਦੇ ਆ ਘਰ ਜਾ ਕੇ ਪਕਾਈਂਦੇ ਉਸ ਮੁੜ ਤੁਸੀਂ ਉਹਨਾਂ ਦੇ ਕੋਲ ਭਾਜੀ ਲੈ ਕੇ ਖਾ ਲੈਂਦੇ ਆ ਹਾਂ ਸਾਨੂੰ ਭਾਜੀ ਦੇਵਣੀ ਹੈ ਰੋਟੀ ਰੋਟੀ ਟੁੱਕਰ ਸ਼ਾਦੀਆਂ ਤੇ ਤੇ ਖਾ ਲੈਂਦੇ ਆ ਅੱਛਾ ਸ਼ਾਦੀਆਂ ਤੇ ਭਾਜੀ ਹੋਵੇ ਨਾ ਤੇ ਖਾ ਪੀ ਪੈਂਦੇ ਹਾਂ ਉਸ ਲਈ ਮੁੜ ਭਾਜੀ ਚੌਕੀ ਦਿੰਦੇ ਆ ਜਾ ਕੇ ਨੇਂਦਰ ਚੌਕੀ ਦਿੰਦੇ ਆ ਪੰਜ ਰੁਪਏ ਹੁੰਦੇ ਆ ਪੰਜ ਰੁਪਏ ਤਾਂ ਬਹੁ ਪੈਸੇ ਹਾਂ ਉਸ ਲਈ ਤਾਂ ਸੁਣਿਆ ਰੁਪਈਆ ਰੁਪਈਆ ਅਗਲੇ ਪੈਂਦੇ ਹੁੰਦੇ ਆ ਅੱਠਾਂ ਨੇ ਪੰਜ ਰੁਪਏ ਇਹੋ ਕੁਝ ਹੁੰਦੇ ਆ ਜਿਹੜੇ ਉਹ ਰੁਪਈਆ ਹੁੰਦਾ ਆ ਉਹਦੇ ਤੇ ਬਾਦਸ਼ਾਹ ਬਣੇ ਹੁੰਦਾ ਆ ਜਾਂ ਮਲਕਾ ਹੁੰਦੀ ਆ ਮਲਕਾ ਹੁੰਦੀ ਆ ਉਸ ਲਈ ਕਿੱਥੇ ਹੁੰਦਾ ਜੀ ਬਾਦਸ਼ਾਹ ਕੋਈ ਨਾ ਇਹ ਮਲਕਾਂ ਦਾ ਰੁਪਈਆ ਵੇਖਿਆ ਚਾਂਦੀ ਦਾ ਸੁਣਿਆ ਰੁਪਈਆ ਹੁੰਦਾ ਚਾਂਦੀ ਦਾ ਚਾਂਦੀ ਹੁਣ ਤਾਂ ਕੋਟ ਦੇ ਹੁਣ ਤਾਂ ਕੋਟ ਜਾਈਦੇ ਨੇ ਉੱਥੇ ਚਾਂਦੀ ਦਾ ਰੁਪਈਆ ਪੂਰਾ ਸੱਟਿਆ ਤੋਲੇ ਦਾ ਹੁੰਦਾ ਤੋਲੇ ਦਾ ਠੀਕ ਠੀਕ ਦੁਕਾਨ ਵਾਲੇ ਸੁਨਾਰਿਆਂ ਕੋਲ ਜਾਵੀਏ ਨਾ ਤਾਂ ਸੱਟਿਆ ਪੂਰਾ ਤੋਲੇ ਦਾ ਹੁੰਦਾ ਹੁਣ ਤਾਂ ਹੁਣ ਵੀ ਹੈ ਨਾ ਕਿਸੇ ਕੋਲ ਹੁਣ ਤਾਂ ਮੈਂ ਤਾਂ ਕੋਈ ਨਹੀਂ ਵੇਖਿਆ ਦੁਕਾਨਾਂ 'ਤੇ ਵੀ ਕਹਿੰਦੇ ਨੇ ਕੋਟ ਜਾਈਦੇ ਪਾਏ ਹੁੰਦੇ ਨੇ ਪਤਾ ਨਹੀਂ ਤੋਲੇ ਦੇ ਨੇ ਕਿ ਅੱਡੇ ਦੇ ਨੇ ਕਿ ਸਵੇ ਦੇ ਨੇ ਅੱਛਾ ਇਹ ਮੈਂ ਸੁਣਿਆ ਵੀ ਜੇ ਇੱਥੋਂ ਸਾਡੇ ਲੋਕ ਜਿਹੜੇ ਦੇਸੀ ਜਦੋਂ ਰੇਲ ਗੱਡੀ ਟੱਪਦੀ ਹੁੰਦੀ ਆ ਲੋਕ ਰੇਲ ਗੱਡੀ ਤੋਂ ਡਰਦੇ ਪਊ ਆ ਰੇਲ ਗੱਡੀ ਤੋਂ ਡਰਦੇ ਪਊ ਆ ਚੜਦੇ ਪਊ ਆ ਡਰਦੇ ਆ ਹਾਂ ਤੇ ਮੋੜ ਕਈ ਗੱਲ ਆਈ ਡਰਦੇ ਕਿਉਂ ਆ ਕੋਈ ਆ ਪਤਾ ਹੁਣ ਕਿ ਉਹ ਡਰਦੇ ਹਨ ਕਦੇ ਕਿਸਮਤ ਨਾਲ ਜੇ ਗਾਵੀ ਇਹਨਾਂ ਮੰਨਦੇ ਆ ਹੋਰ ਕਿਹੜਾ ਅਸਾਂ ਨੇਤ ਕੇ ਜੇ ਜਾਵਣ ਆਉਂਦਾ ਜੰਗ ਗਿਆ ਕਦੀ ਜੰਗ ਜੰਗ ਹੀ ਗਿਆ ਅੱਛਾ ਸਾਨੂੰ ਤਾਂ ਹੁਣ ਬਾਈ ਪਤਾ ਹੀ ਨਹੀਂ ਲੱਗਦਾ ਜੰਗ ਕਿਹੜੇ ਪਾਸੇ ਦੇ ਕਰ ਵਰਿਆਮ ਵਾਲੇ ਜਾਵੀਏ ਤਾਂ ਇਹਨੂੰ ਮੈਨੂੰ ਨਾਲ ਲੈ ਕੇ ਜਾਵਣਾ ਪਾਉਂਦਾ ਕੱਲਾ ਬਾਂਝੇ ਨਹੀਂ ਅੱਛਾ ਉਸ ਵੇਲੇ ਜਿਹੜੀ ਕਪਾਹ ਆਉਂਦੀ ਆ ਹਾਂ ਉਹ ਮੁੜ ਕਿਤੇ ਲੈ ਕਾਸ਼ਾ ਤੇ ਰੱਖ ਕੇ ਲੈ ਪੈਂਦੀ ਆ ਮੰਡੀਆਂ ਦੇ ਵਿੱਚ ਮੰਡੀਆਂ ਤੇ ਥਾਂ ਹੀ ਹਿੰਦੂ ਲੈ ਲੈਂਦੇ ਆ ਅੱਛਾ ਨਹੀਂ ਉਹ ਮੁੜ ਉੱਠਾਂ ਤੇ ਲੈ ਪੈਂਦੀਆਂ ਹਨ ਜਾਂ ਗੱਡਿਆਂ ਤੇ ਉੱਠਾਂ ਤੇ ਤੰਗੇ ਬਣੇ ਹੁੰਦੇ ਹਨ ਬੋਰੇ ਇਹ ਕੁੱਦੂ ਤੇ ਕੁੱਦੂ ਉੱਠਾਂ ਤੇ ਲੱਦਿਆ ਦਾਸੇ ਬੱਦੇ ਹੋਏ ਕਰਕੇ ਤੇ ਲਾਦ ਛੋੜਨੇ ਚੈੱਕ ਛੋੜ ਅੱਛਾ ਉਸ ਵੇਲੇ ਫੁੱਟੀ ਹੁੰਦੀ ਆਈ 15 ਰੁਪਏ ਤੇ 13 ਰੁਪਏ ਮਾਣ ਠੀਕ ਹੋ ਗਈ ਇਹ ਇਹ ਬਾਤ ਮੈਂ ਆਵੇ ਤੇ ਵੇਖ ਉਸ ਵੇਲੇ ਬਾਤ ਅੱਛਾ ਆਪਣੇ ਇੱਥੇ ਨੇੜੇ ਤੇੜੇ ਕੋਈ ਮੇਲਾ ਵੀ ਲੱਗਦਾ ਮੇਲੇ ਸਾਇਆਂ ਹੋਣ ਵਾਗ ਹੈ ਕਿਹੜੇ ਕਿਹੜੇ ਹਨ ਉਸ ਵੇਲੇ ਦੇ ਮੇਲੇ ਰਾਜਾਣੀ ਮਾਮ ਦਾ ਹਾਂ ਮਾਝੇ ਸੁਲਤਾਨ ਅੱਛਾ 18 ਦਾਰੀ ਬਾਬੂ ਸੁਲਤਾਨ ਵੱਡੇ ਵੱਡੇ ਆਉਣੇ ਇੱਥੇ ਚੱਕ ਕੇ ਝੀਏ ਦੋ ਮੇਲੇ ਆਉਣ ਤਰਾ ਸਮੇਂ ਇਕੱਠੇ ਆਹ ਰਾਜਣੇ ਮਾਮ ਹੈ ਅੱਛਾ ਇਹਦੇ ਬਾਅਦ ਮਾਝੀ ਇਤਰਾ ਘੋ ਤੇ ਇਹ ਤਾਂ ਦੋ ਘੋਆਂ 'ਚ ਬਣੇ ਇਹ ਮੇਲੇ ਇੱਥੇ ਲੱਗਦੇ ਹਨ ਸਾਲ ਮਗਰੋਂ ਅੱਛਾ ਅਤੇ ਹੁਣ ਵੱਡੇ ਵੱਡੇ ਮੇਲੇ ਲੱਗਦੇ ਹਨ ਹੁਣ ਕਿਹੜੇ ਮੇਲੇ ਆ ਉਹ ਹੁਣ ਮੇਲੇ ਤੇ ਹੱਟੀਆਂ ਬਣਨੀਆਂ ਉਸ ਹੱਟੀਆਂ ਹਾਂ ਹੱਟੀਆਂ ਦੁਕਾਨਾਂ ਬਣਾਈਆਂ ਹੁੰਦੀਆਂ ਮੁੜੋ ਤੇ ਮਿਠਿਆਈਆਂ ਕਿਹੜੀਆਂ ਬਣਨੀਆਂ ਹੁੰਦੀਆਂ ਮਿਠਿਆਈਆਂ ਅਲਟਾ ਤਾਂ ਕੋਈ ਨਾ ਆਉਂਦਾ ਹਾਂ ਮੁੜ ਕੇ ਆਉਂਦਾ ਇਹ ਜਲੇਬੀਆਂ ਅਤੇ ਲੱਡੂ ਅਤੇ ਹਾਰ ਬਲਾਂ ਬਣੇ ਜਾਂਦੇ ਆ ਆਹ ਫਲ ਫਲੂਟ ਜਿਹੜਾ ਹੋਇਆ ਤੂੰ ਮੈਂ ਵੇਚਿਆ ਨਕਲੀਏ ਵੀ ਆਉਂਦੇ ਆ ਹਾਂ ਨਕਲੀਏ ਨਕਲੀਏ ਹਰ ਸ਼ਾਇ ਹੁੰਦੀ ਮੇਲਿਆਂ 'ਤੇ ਜਿਹੜੇ ਲਵਾਈਂਦੇ ਆ ਸਾਈਆ ਸੱਦੇ ਹੋਏ ਹੁੰਦੇ ਹਨ ਅੱਛਾ ਉਸਲੇ ਤੁਹਾਡੇ ਜ਼ਮਾਨੇ ਦੇ ਵਿੱਚ ਕਿਹੜਾ ਨਕਲੀ ਆਮਦ ਹੁੰਦਾ ਹੈ ਮਸ਼ਹੂਰ ਭਾਈ ਨੂੰ ਕਿਹਾ ਚੇਤਾ ਜ਼ਮਾਨੇ ਦਾ ਕਈ ਹੁੰਦੇ ਹੋ ਇੱਕ ਤਾਂ ਨਾ ਹੁੰਦਾ ਚਲੋ ਜਿਹੜਾ ਵੀ ਕਿਸੇ ਇੱਕ ਅੱਧਾ ਦਾ ਨਾਂ ਤਾਂ ਯਾਦ ਕਰੋ
ਨੂਰੇ ਨਾਟਕੇ ਉਹ ਤਾਂ ਯਾਦ ਹੈ। ਅੱਛਾ ਉਹ ਤਾਂ ਯਾਦ ਹੈ ਨੂਰੇ ਨਾਟਕੇ ਦਾ। ਹੁਣ ਕਿਹੜਾ ਚੇਤਾ। ਅੱਛਾ ਮੁੜ ਤੁਸੀਂ ਜਿਹੜੇ ਹਿੰਦੂ ਸ਼ਾਦੀਆਂ ਕਰਦੇ ਆ ਮੁੜ ਜਾਂਜ ਦੇ ਨਾਲ ਵਹਿੰਦੇ ਆ? ਜੰਜਾਂ ਨਾਲ ਉਹ ਵੀ ਆਉਂਦੇ ਹਨ, ਆਪਣੇ ਸਾਡੀ ਜਾਂਜ ਨਾਲ ਹੀ ਆਉਂਦੇ ਆ। ਅੱਗਾਂ ਜਾ ਕੇ ਸੁੱਕਾ ਬਸਤਾ ਲਾ ਕੇ ਅਤੇ ਹਿੰਦੂਆਂ ਦੇ ਗਾਰਾਂ ਉੱਥੇ ਪਕਾ ਲਏ। ਅੱਛਾ ਸਾਡੇ ਵੀ ਜਿਹੜੇ ਹਨ ਇਹ ਉਹ ਵੀ ਆਉਂਦੇ ਹਨ, ਇਹ ਹੀ ਵਹਿੰਦੇ ਹਨ, ਸਾਰੇ ਆਉਂਦੇ ਵਹਿੰਦੇ ਹਨ। ਅੱਛਾ ਠੀਕ ਸੁੱਕਾ ਬਸਤਾ ਲੈ ਵੀ ਲੈਂਦੇ ਆ ਤੇ ਦੇ ਵੀ ਲੈਂਦੇ ਆ ਪਕਾ ਲਓ ਜਿਵੇਂ ਬਾਲਾਂ ਉੱਤੇ ਪੈਸੇ ਸੱਟੇ ਨੇ ਸ਼ਾਦੀ ਤੇ ਲੁੱਟੇਂਦੇ ਨੇ ਪੈਸੇ ਪੈਸੇ ਬੜੇ ਸੱਟੇ ਹਨ। ਮੋੜ ਤੁਸੀਂ ਵੀ ਲੁੱਟੇ? ਹਾਂ ਤੁਸੀਂ ਪੈਸੇ ਲੁੱਟੇ ਸ਼ਾਦੀਆਂ ਦੇ? ਹਾਂ ਸ਼ਾਦੀਆਂ ਦੇ ਸੱਟੇ ਹਨ, ਦਿਨ ਚੁਣਦੇ ਆ ਸੇ। ਅੱਛਾ ਮੋੜ ਉਹਨਾਂ ਪੈਸਿਆਂ ਤੋਂ ਲੜਦੇ ਵੀ? ਹਾਂ ਓ ਇੱਕ ਦੂਏ ਨੂੰ ਜਿਵੇਂ ਹੁਣ ਲੜਦੇ ਨੇ ਇੰਨੇ ਲੜਦੇ। ਅੱਛਾ ਬਸ ਜ਼ਮਾਨਾ ਲੱਗ ਗਿਆ ਵੇਲਾ ਗਿਆ। ਬਹੱਤਰਵਾਂ ਸਾਲ ਚੱਲਾ ਪਿਆ, 71 ਹੋ ਗਏ। ਹਾਂ 71 ਸਾਲ ਹੋ ਗਏ, 71 ਸਾਲ। ਹਾਂ ਤੇ 72ਵਾਂ ਹੁਣ ਸ਼ੁਰੂ ਹੋਏ। 71 ਸਾਲ ਜਿੱਦਾਂ 15 ਦਾ ਮੰਗ ਗਏ ਹੀ ਆਮੋ। ਹਾਂ ਮੋੜ ਤਾਂ ਉਹਦਾ ਨਾਂ ਕੀ ਹੋ ਗਿਆ 86 ਸਾਲ ਦਾ। ਹਾਂ 86 ਸਾਲ ਦਾ, 87 ਸਾਲ ਦਾ ਹੋ ਗਿਆ। ਹਾਲੇ 100 ਸਾਲ ਨੂੰ ਆਪੜਾ ਨਾ ਲਾਂ ਤੇ ਨਹੀਂ ਨਹੀਂ ਹਾਲੇ ਬੜੇ ਦੂਰ ਪਿਆ ਸਾਲ। ਹਾਂ ਹਾਲੇ 100 ਬੜਾ ਦੂਰ ਪਿਆ। ਹਾਲੇ ਤੂੰ ਇੰਨੇ ਵਦਾ 116 ਸਾਲ ਦੇ ਬੰਦੇ ਬੈਠੇ ਮੈਨੂੰ ਮਰਦਾਂ ਖਾ ਗਈਆਂ ਹੁਣ ਮੈਂ ਬਣ ਗਿਆ ਥਾਂ ਤੇ ਜੀ ਚੱਕੀਆਂ ਤੇ ਦਾਣੇ ਪੀਸਦੇ ਆ। ਅੱਛਾ ਮੁੜ ਜਾਂਦਰ ਜਾਂਦਰ ਦਾਂਦਾਂ ਤੇ ਆਟਾ ਪੀਣਾ, ਹੁਣ ਤਾਂ ਘਰ ਘਰ ਮਸ਼ੀਨਾਂ ਲੱਗੀਆਂ ਖਲੀਆਂ। ਸਾਡੇ ਚੱਕ ਦੇ ਵਿੱਚ ਦਰਜੀ ਦੋ ਆਉਂਦੇ ਆ, ਇੱਕ ਵੱਲੀ ਲੁਧਿਆਣਾ ਤੇ ਇੱਕ ਜੇਮਣ ਸਿਆਲ, ਇੱਕ ਝੜੋਵਾ ਮੰਮਾ ਦਵਾਸ਼ਖਾ ਜੀ, ਇਹ ਤਰ੍ਹਾਂ ਦਰਜੀ ਆਣ। ਥਾਲ ਕੱਪੜਾ ਸਿਵਾ ਲਈ ਵੀ ਆ ਤਾਂ ਪੰਜ ਮਰਲੇ ਪੱਠਿਆਂ ਦੇ ਦੇ ਦੇਵੇ ਦਰਜੇ ਨੂੰ ਵਾਲਾ ਸੀ ਢੁੱਲੇ ਦੇ ਕੱਪੜੇ। ਹੁਣ ਜਿਹੜਾ ਇਹ ਹੁਣ ਘਰ ਘਰ ਮਸ਼ੀਨ ਹੈ, ਘਰ ਘਰ ਫਰਿੱਜ, ਘਰ ਘਰ ਨਲਕਾ ਆ। ਹੁਣ ਮੇਰੇ ਪੋਤਰੇ ਬੈਠੇ ਨੇ, ਇਹ ਬਹਿਣੀ ਤੇ ਬੈਠੇ ਨੇ, ਤਰਾਏ ਗਾਰੇ ਨੇ, ਤਰਾਏ ਗਾਰੇ ਨੇ ਹਿੱਕੇ ਪਾਏ ਚ ਤਰਾਏ ਨਲਕੇ ਲੱਗੇ, ਤਰਾਏ ਨਲਕੇ ਲੱਗੇ ਖਲੇ ਨੇ, ਹਿੱਕੇ ਗਾਰੇ ਹਿੱਕੇ ਹਿੱਕੇ ਪਾਏ ਤਰਾਏ ਤਰੇ ਨੇ ਇਕੱਠੇ ਨੇ ਸਾਰੇ। ਇਹ ਵੱਖਰਾ ਹੈ, ਦੂਆ ਵੱਖਰਾ ਹੈ, ਪਿਓ ਦੇ ਨਾਲ ਇੱਕ ਦੋ ਛੋਟੇ ਨੇ, ਘਰ ਘਰ ਨਲਕੇ ਨਾ ਇੱਥੇ ਹੋਣੇ ਨੇ ਆਏ ਆਈ ਘਰ ਘਰ ਹੁਣ ਘਰ ਨਲਕਾ ਇਸ ਘਰ ਨਲਕਾ ਇਧਰ ਬਣੀ ਹੋਈ ਲਟੇਨਾ ਬਣੀ ਹੋਈ ਅੱਗੇ ਬਾਹਰ ਜਾਣਾ ਆਵਣਾ। ਸਾਡੇ ਚੱਕੇ 'ਚ ਆਉਂਦਾ ਖੂਹ ਮਸੀਤ ਬਹੁਤ ਠੱਡਾ ਪਾਣੀ ਆ ਅਤੇ ਮਸੀਤ ਦੇ ਇਧਲੇ ਪਾਸੇ ਉਦੋਂ 'ਤੇ ਚੁਗਾਠ ਲੱਕੜੀ ਥੱਟੀ ਹੁੰਦੀ ਹੈ ਜਿਵੇਂ ਆਏ ਝੂਲਾਂ ਕੱਢ ਕੇ ਇੱਕ ਪਾਸਿਓਂ ਹਿੰਦੂ ਪਾਣੀ ਭਰੇ ਹੁੰਦੇ ਹਨ ਅਤੇ ਇੱਕ ਪਾਸਿਓਂ ਮੁਸਲਮਾਨ ਭਰੇ ਹੁੰਦੇ ਆ। ਠੀਕ ਹੈ ਇੱਕ ਪਾਸੇ ਹਿੰਦੂ ਭਰੇ ਹੁੰਦੇ ਹਨ, ਇੱਕ ਪਾਸੇ ਮੁਸਲਮਾਨ ਭਰੇ ਹੁੰਦੇ ਆ। ਅਤੇ ਮੁੜ ਇੱਥੇ ਇੱਕ ਤਾਜ ਹੁੰਦਾ ਸੀ ਪਟਵਾਰੀ ਆਇਆ ਇੱਥੇ 10 ਰੁਪਈਆਂ ਦਾ ਨਲਕਾ, ਹੁਣ ਤਾਂ ਹੀ ਵਧਾ ਰਿਹਾ। ਆ ਮਾਜਰਾਂ ਦੇ ਆਉਂਦਿਆਂ ਮੈਂ ਵੀ ਆਉਂਦਾ ਇਹਨਾਂ ਦੇ ਬਵਨ 'ਤੇ ਬਹਿ ਕੇ 100 ਰੁਪਈਆ ਨਲਕੇ 'ਤੇ ਲੱਗਾ ਸੀ, ਹਲੇ ਮੰਮਾ ਬੱਸ 'ਤੇ ਲਾ ਦਿੱਤਾ ਸੀ। 12 ਰੁਪਈਏ ਰਿਦਾਈ ਅਤੇ ਗਰੀਬੀਆਂ ਹੁੰਦੀਆਂ, 12 ਰੁਪਈਏ ਰਿਦਾਈ ਅਤੇ 100 ਰੁਪਈਆ ਨਲਕੇ ਦਾ ਅਤੇ ਢੋਬੇ ਵਾਲੇ ਆ ਕੇ ਲਾ ਹੀ ਹੋ ਗਏ ਆ ਬੰਬੇਰੀ ਵਾਲੇ ਨਾਲ ਲਾ ਵੀ ਢੋਬਿਓ ਆ ਕੇ ਇੱਥੇ ਗਏ ਹਨ ਅਤੇ ਨਾਲ ਅਸਾਂ ਚਾਹੁੰਦੀ ਆ ਦੋਵਾਂ ਬਿਰਾਵਾਂ ਅਤੇ ਮਸ਼ੀਨ ਨੂੰ ਨਾ ਲਾਦਾਂ ਬਹਿਣੀ 'ਤੇ ਲਾ ਗਿਆ। ਉਹ ਉੱਥੋਂ ਤਰੀ ਮੁਰਬਿਆਂ 'ਚੋਂ ਪਾਣੀ ਆ ਇੱਥੋਂ ਭਰ ਕੇ ਲੈ ਬਹਿੰਦੇ ਆ ਪਾਣੀ ਕੋਲ, ਹੁਣ ਸ਼ਹਾਰ ਬੱਧੇ ਖਲੇ ਨੂੰ ਉੱਥੇ ਦੂਆ ਕਿਸ਼ ਦੇ ਆਟਾ ਪਿੰਜਰ ਦਾਂਦਾ ਨਾ ਚਲਾਈਂਦੇ ਆ ਆਟਾ ਜੇ ਜਾਂਦਰ ਦਾ ਜਾਂਦਰ 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 ਦਾ ਆਟਾ ਹੁੰਦਾ ਪੋੜ ਸੱਟੇ ਹੋਣੇ ਜਿਵੇਂ ਹੁਣ ਚੱਕੀਆਂ ਦੇ ਸੱਟੇ ਹੋਏ ਅਤੇ ਪੋੜ ਸੱਟੇ ਹੋਏ ਅਤੇ ਕਾਂਜੇ ਡੱਕੇ ਦਾਂਦਾਂ ਦੇ ਜੋਮਣੇ ਅਤੇ ਉਹ ਪੀਣੇ ਦਾਣੇ ਆਟਾ ਪੀਸ ਕੇ ਪਾ ਮਾਣਦਾ ਕੇ
ਹਾਂ ਫਿਰ ਮੰਨਦਾ ਲੈਂਦੇ ਹਨ ਪਿਆ ਹੀ ਦੁਕਾਨ ਵਾਲੇ ਚਾਰ ਆਨੇ ਦਿਨ ਹਿੰਦੂਆਂ ਦੇ ਮਨ ਦੇ ਮੈਂ ਆਪ ਪੇਠੇ ਛੋਟਾ ਜਿਹਾ ਚਾਰ ਆਨੇ ਮਾਣ ਅਤੇ ਪੱਠੇ ਦਿੰਦੇ ਆ ਚਾਰ ਆਨੇ ਮਾਣ ਪਿਆ ਹੀ ਪੀ ਕੇ ਦੇਵਣੇ ਮਸ਼ੀਨ ਆਉਂਦੀ ਆ ਇੱਕ ਦੇਣਦਾਰ ਹੈ ਇਹ ਤੁਸੀਂ ਜਾਣਦੇ ਹੋ ਆਪਣੇ ਸਟੇਸ਼ਨ 'ਤੇ ਪਹਿਲੇ ਪਾਸੇ ਹੁਣ ਦੇਣਦਾਰ ਹੈ ਉਹ ਮਸ਼ੀਨ ਇੱਕੋ ਹੀ ਹੋਰ ਮਸ਼ੀਨ ਕਾਹੀ ਨਾ ਆਟੇ ਵਾਲੀ ਇੱਥੋਂ ਬੰਨੇ ਨਾ ਬੰਦੇ ਜਿਹੜੇ ਪਿਆਵਣ ਉੱਥੋਂ ਪਿਆ ਲੈ ਹੁਣ ਹਰ ਘਰ ਮਸ਼ੀਨ ਹੈ ਹਰ ਘਰ ਮਸ਼ੀਨ ਲੱਗੀ ਹੋਈ ਹੈ ਅਤੇ ਉਹ 85 ਸਿੱਖਾਂ ਲਈ ਹਾਂ 85 ਸਿੱਖਾਂ ਲਈ ਦੀ ਗੱਲ ਸੁਣਾਓ 85 ਸਿੱਖਾਂ ਵਾਲੇ ਲੋਟੇ ਪਾ ਗਏ ਸਾਂ ਤਾਂ ਛੋਟੇ ਸਾ ਸਕੇ ਲੁੱਟਣ ਗਏ ਅਸੀਂ ਵੱਡੇ ਵੱਡੇ ਬੰਦੂਕਾਂ ਵਾਲੇ ਲਾਏ ਗਏ ਹਰ ਸ਼ਾਹ ਬੰਦੂਕਾਂ ਵਾਲੇ ਲਾਏ ਗਏ ਕੌਣ ਵਹਿੰਦਾ ਉਸ ਵੇਲੇ ਬੰਦੂਕਾਂ ਹੀ ਆਉਂਦੀਆਂ ਹਨ ਜ਼ਿੰਮੇਦਾਰ ਗੁਰਦੁਆਰਿਆਂ ਨੂੰ ਸਿੱਖਾਂ ਦਾ ਜਿਹੜਾ ਹੈ ਨਾ ਜਿੱਥੇ ਪੌਜਾ ਪਾਜੀ ਕਰਦਿਆਂ ਉਹਨੂੰ ਆਗ ਲਾ ਦਿੱਤੀਆਂ ਇੱਥੇ ਤਾਂ ਕੋਈ ਨਾ ਇੱਥੇ ਧਮਸਾਲ ਆਈ ਜਿੱਥੇ ਹੁਣ ਸਫਦਰ ਬੈਠਾ ਇਹ ਤਾਂ ਤੁਹਾਨੂੰ ਪਤਾ ਹੋਣਾ ਮੈਂ ਇਸ ਵਕਤ 484 ਦੇ ਵਿੱਚ ਮੌਜੂਦ ਹਾਂ ਔਰ ਇੱਥੇ ਧਰਮਸ਼ਾਲਾ ਹੁੰਦੀ ਹੈ ਅਸੀਂ ਜਿੱਥੇ ਹੁਣ ਦੁਕਾਨ ਬਣੀ ਹੈ ਇੱਕ ਛੋਟਾ ਜਿਹਾ ਚੌਕ ਹੈ ਇੱਥੇ ਖੂਹ ਹੁੰਦਾ ਸੀ ਮਸਜਿਦ ਸਿਆਣ ਬਣ ਗਏ ਇੱਥੇ ਚੱਕ ਤੱਕ ਕੋਈ ਨਹੀਂ ਏਡੀ ਦੂਰ ਅੱਗੇ ਆਮਦਨ ਤੇ ਆ ਠੀਕ ਹੈ ਜੇ ਨਹੀਂ ਤੇ ਮੈਂ ਆਪਣੇ ਸੰਗ ਇਹ ਸਕੂਲ ਹੈ ਜੀ ਚੱਕ 485 ਔਰ 84 ਦੇ ਦਰਮਿਆਨ ਲੜਕਿਆਂ ਦਾ ਜਿਹੜਾ ਪਾਕਿਸਤਾਨ ਬਣਨ ਤੋਂ ਪਹਿਲੇ ਇੱਥੇ ਮੌਜੂਦ ਹੈ ਸੀ ਬਿਲਡਿੰਗ ਤਾਂ ਖੈਰ ਹੁਣ ਨਵੀਂ ਪੱਕੀ ਬਣ ਗਈ ਲੇਕਿਨ ਹੈ ਹੁਣ ਵੀ ਪ੍ਰਾਇਮਰੀ ਸਕੂਲ ਔਰ ਇਹ ਨਹਿਰ ਦੇ ਕਿਨਾਰੇ 'ਤੇ ਹੈ ਇਹ ਪੁਲ ਤੋਂ ਤੁਸੀਂ ਆਹ ਜਿਹੜਾ ਮੋਟਰਸਾਈਕਲ ਕ੍ਰਾਸ ਕਰ ਰਿਹਾ ਇਹ ਆ ਰਿਹਾ 84 ਤੋਂ 85 ਨੂੰ ਜਾ ਰਿਹਾ ਇਹ ਰਸਤਾ 84 ਨੂੰ ਜਾ ਰਿਹਾ ਚੱਕ 484 ਨੂੰ ਇਹ ਰਕਬਾ ਜਿਹੜਾ ਹੈ ਉਹ ਚੱਕ 485 ਵਿੱਚ ਆ ਰਿਹਾ 360 ਵੀ ਤੁਹਾਨੂੰ ਮੈਂ ਦਿਖਾ ਰਿਹਾ